पठानकोट पुलिस ने नशा तस्करों खिलाफ छेड़ी मुहिम के चलते 24 घंटों के भीतर 3 आपराधिक मामलों में 5 लोगों को गिरफ्तार किया है। ज्यादा जानकारी देते हुए पुलिस थाना डिवीजन नंबर 2 के थाना प्रभारी आकाश दत्त ने बताया कि चक्की पुल पर लगाए इंटरस्टेट पुलिस नाके दौरान 2 लोगों को 30 पेटी शराब की बोतलों सहित गिरफ्तार किया गया। वहीं अन्य मामलों में सुजानपुर के रहने वाले ऑटो ड्राइवर और दीनानगर के रहने वाले 2 लोगों को नशीला पदार्थ बेचने के आरोप में काबू कर मामले की पंती जांच की जा रही है। जिमें कि तुसी जानते हो कि इलेक्शन कोड ऑफ कंडक्ट लग्या होया है, तो इस दे तहत वक्त-वक्त नाकियां ते साडे वल्लों चैकिंग की जा रही है और वक्त-वक्त कास ऑपरेशन जिहड़े चलाए जा रहे हैं। पिछले 24 घंटे के विच असी जो साडा नाका चक्की पुल ते लग्या होया जो इंटरस्टेट बॉर्डर भी है उत्थे असी 5 व्यक्ति काबू किए ने ਜਿਨ੍ਹਾਂ ਕੋਲ ਸ਼ਰਾਬ ਸੀਗੀ। ਪਹਿਲੇ ਕੇਸ ਵਿੱਚ ਅਸੀਂ ਪਰਸ਼ੋਤਮ ਲਾਲ ਅਤੇ ਰੋਹਿਤ ਹੈ ਮੁੰਡਾ, ਇਹਨਾਂ ਕੋਲੋਂ 30 ਪੇਟੀਆਂ ਸ਼ਰਾਬ ਦੀਆਂ ਜੋ ਪੰਜਾਬ ਵਿੱਚ ਬਣੀਆਂ ਹੋਈਆਂ ਉਹ ਰਿਕਵਰ ਕੀਤੀਆਂ ਅਤੇ ਉਹਨਾਂ 'ਤੇ ਮੁਕੱਦਮਾ ਨੰਬਰ 66 ਜਿਹੜਾ ਦਰਜ ਰਜਿਸਟਰ ਕੀਤਾ ਕੱਲ੍ਹ। ਉਸ ਤੋਂ ਇਲਾਵਾ ਅੱਜ ਮੋਰਨਿੰਗ ਇੱਕ ਕੇਸ ਦੇ ਵਿੱਚ ਅਸੀਂ ਇੱਕ ਆਟੋ ਡਰਾਈਵਰ ਹੈ ਵੀਰੂ ਹੈ ਜੋ ਕਿ ਸੁਜਾਨਪੁਰ ਏਰੀਆ ਦਾ ਰਹਿਣ ਵਾਲਾ, ਉਹਦੇ ਕੋਲੋਂ 250 ਲੀਟਰ ਜਿਹੜੀ ਲਾਨ ਹੈ ਉਹ ਬਰਾਮਦ ਕੀਤੀ ਹੈ। ਅਤੇ ਇੱਕ ਹੋਰ ਕੇਸ ਵਿੱਚ ਅਸੀਂ 2 ਵਿਅਕਤੀ ਹਾਂ, ਇੱਕ ਸੁਨੀਲ ਕੁਮਾਰ ਅਤੇ ਦੂਜਾ ਅਮਾਨਤ, ਇਹ ਦੀਨਾਨਗਰ ਦੇ ਰਹਿਣ ਵਾਲੇ ਹੈ ਜਿਨ੍ਹਾਂ ਕੋਲੋਂ ਤਕਰੀਬਨ ਅਸੀਂ 150 ਲੀਟਰ ਲਾਨ ਹੈ ਜਿਹੜੀ ਉਹ ਬਰਾਮਦ ਕੀਤੀ ਹੈ। ਇਹਨਾਂ ਸਾਰਿਆਂ ਦੇ ਖਿਲਾਫ਼ ਅਸੀਂ FIR ਰਜਿਸਟਰ ਕਰ ਰਹੇ ਹਾਂ ਅਤੇ ਅਗਲੀ ਤਫਤੀਸ਼ ਜਿਹੜੀ ਹੈ ਉਹ ਅਮਲ 'ਚ ਕਰ ਰਹੇ ਹਾਂ। ਸਰ, ਇਹ ਜਿੰਨੀ ਕਿ ਮੁਹਿੰਮ ਤੇਜ਼ੀ ਨਾਲ ਇਹ ਪੰਜਾਬ ਪੁਲਿਸ ਕਰਦੀ ਪਈ ਹੈ, 6-3 ਦਿਨਾਂ ਜਾਓਗੇ ਜਦੋਂ ਤੇਜ਼ ਟ੍ਰਾਂਸਫਰ ਆਇਆ, ਕਾਫ਼ੀ ਵੱਡੀ ਵੱਡੀ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਸਰ, ਜੋ ਸਾਨੂੰ ਸਾਡੇ ਮਾਣਯੋਗ SSP ਸਾਹਿਬ ਵੱਲੋਂ ਡਾਇਰੈਕਸ਼ਨਸ ਮਿਲਦੀਆਂ, ਅਸੀਂ ਉਹਨਾਂ ਦੀ ਡਾਇਰੈਕਸ਼ਨਸ 'ਤੇ ਕੰਮ ਕਰ ਰਹੇ ਹਾਂ ਅਤੇ ਅਸੀਂ ਅੱਗੇ ਵੀ ਇੱਦਾਂ ਹੀ ਕੰਮ ਕਰ ਰਹੇ ਹਾਂ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।